ਨਹੀਂ ਵਧੀਆ ਜੋ ਮਰਜ਼ੀ ਜੋ ਮਰਜ਼ੀ ਕਰ ਲੋ ਠੀਕ ਆ ਹਾਂ ਜੀ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਤੇ ਗੀਤ ਗਦਰ ਸ਼ਾਇਰੀ ਦੇ ਪ੍ਰੋਗਰਾਮ ਤੇ ਵਿੱਚ ਹਾਜ਼ਰ ਦੋਸਤੋ ਸਭ ਨੂੰ ਜੀ ਆਇਆਂ ਨੂੰ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਕਰੋਨਾ ਦਾ ਮਾਹੌਲ ਕਰਕੇ ਅਸੀਂ ਪਿਛਲੇ ਤਕਰੀਬਨ ਇੱਕ ਸਾਲ ਤੋਂ ਜਿਹੜਾ 8-9 ਮਹੀਨੇ ਦੇ ਤੋਂ ਆਪਣੇ ਘਰਾਂ 'ਚ ਬੈਠੇ ਹਾਂ ਸਮਾਗਮ ਨਹੀਂ ਹੋ ਰਹੇ ਇਕੱਠੇ ਹੋ ਕੇ ਇਸ ਤਰ੍ਹਾਂ ਜ਼ੂਮ ਦੇ ਉੱਤੇ ਭਾਵੇਂ ਕਾਫੀ ਪ੍ਰੋਗਰਾਮ ਹੋ ਰਹੇ ਨੇ ਲੇਕਿਨ ਜ਼ੂਮ ਵਾਲਾ ਜਿਹੜਾ ਉਹ ਮਜ਼ਾ ਨਹੀਂ ਆਉਂਦਾ ਜੋ ਤੁਹਾਨੂੰ ਆਪਣੇ ਭੈਣ ਭਰਾਵਾਂ ਨਾਲ ਮਿਲ ਕੇ ਗੱਲਬਾਤ ਕਰਕੇ ਮਜ਼ਾ ਆਉਂਦਾ ਲੇਕਿਨ ਫਿਰ ਵੀ ਕਿਉਂਕਿ ਜੇ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਜਿਹੜੀ ਹੈ ਇੱਕ ਚੇਤਨਤਾ ਪੈਦਾ ਕਰਨੀ ਤਾਂ ਸਾਨੂੰ ਆਪ ਵੀ ਚੇਤਨ ਹੋ ਕੇ ਰਹਿਣਾ ਪੈਂਦਾ ਹੈ ਇਸ ਲਈ ਅਸੀਂ ਇਸ ਜਿਹੜੇ ਚੀਜ਼ਾਂ ਇਹਨਾਂ ਤੋਂ ਜਿਹੜਾ ਗ੍ਰੇਜ਼ ਕੀਤਾ ਅਤੇ ਅੱਜ ਵੀ ਜੋ ਹੈ ਆਪਾਂ ਜਿਹੜਾ ਬਿਲਕੁਲ ਇਸ ਜਿਹੜਾ ਜਿਹੜੇ ਹਦਾਇਤਾਂ ਨੇ ਸਰਕਾਰ ਦੀਆਂ ਜਾਂ ਜਿਹੜੇ ਸਾਡੇ ਆਪਣੇ ਫਰਜ਼ ਨੇ ਉਹਨਾਂ ਨੂੰ ਪਛਾਣਦੇ ਹੋਏ ਅਸੀਂ ਬਿਲਕੁਲ ਉਸੇ ਤਰ੍ਹਾਂ ਹੀ ਕਰ ਰਹੇ ਹਾਂ ਜਿਸ ਤਰ੍ਹਾਂ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਨੂੰ ਇੱਕ ਖੁਸ਼ੀ ਹੋ ਰਹੀ ਕਿ ਇੱਕ ਲੰਮੇ ਸਮੇਂ ਬਾਅਦ ਜਿਹੜੀ ਸਾਡੀ ਮੀਟਿੰਗ ਹੋ ਰਹੀ ਹੈ ਔਰ ਖਾਸ ਕਰਕੇ ਦੋ ਸੰਸਥਾਵਾਂ ਵੱਲੋਂ ਮਿਲ ਕੇ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਅਸੀਂ ਇੱਕ ਬਹੁਤ ਹੀ ਉੱਚ ਪਾਏ ਦੀ ਸ਼ਾਇਰੀ ਦੀ ਕਿਤਾਬ ਜਿਹੜੀ ਅੱਜ ਰਿਲੀਜ਼ ਕੀਤੀ ਹੈ ਜਿਹੜਾ ਸਾਡੇ ਦੋਸਤ ਦਵਿੰਦਰ ਗੌਤਮ ਵੈਨਕੂਵਰ ਤੋਂ ਸ਼ਾਇਰੀ ਲਿਖਦੇ ਨੇ ਉਹਨਾਂ ਦੀ ਸ਼ਾਇਰੀ ਜੋ ਹੈ ਜ਼ਿੰਦਗੀ ਨਾਲ ਜੁੜੀ ਹੋਈ ਜਿਹੜੀ ਗੱਲਬਾਤ ਕਰਦੇ ਨੇ ਜਿਹੜੇ ਜ਼ਿੰਦਗੀ ਦੇ ਸਰੋਕਾਰਾਂ ਦੀ ਗੱਲਬਾਤ ਕਰਦੇ ਨੇ ਮੈਂ ਇਹਦੇ ਬਾਰੇ ਬਹੁਤੀ ਗੱਲਬਾਤ ਨਾ ਕਰਦਾ ਹੋਇਆ ਸਰ ਕਿਉਂਕਿ ਭੁਪਿੰਦਰ ਦੁੱਲੇ ਹੋਣਾ ਨੇ ਕਿਤਾਬ ਨੂੰ ਨਿੱਠ ਕੇ ਪੜ੍ਹਿਆ ਹੈ ਕਿਤਾਬ ਸਾਡੇ ਕੋਲ ਕੁਛ ਹੀ ਦਿਨਾਂ ਵਿੱਚ ਹਾਲੇ ਕੁਛ ਦਿਨ ਪਹਿਲਾਂ ਹੀ ਪਹੁੰਚੀ ਹੈ ਅਤੇ ਇਸ ਲਈ ਜਿਹੜਾ ਅਸੀਂ ਪੜ੍ਹ ਕੇ ਇਹਦੇ ਵਿੱਚ ਬਹੁਤੀ ਗੱਲਬਾਤ ਜ਼ਿਆਦਾ ਕਰ ਸਕਦੇ ਹਾਂ ਲੇਕਿਨ ਭੁਪਿੰਦਰ ਦੁੱਲੇ ਹੋਣਾ ਨੇ ਇਹਦੇ ਬਾਰੇ ਆਪਣੇ ਵਿਚਾਰ ਜਿਹੜੇ ਰੋਲ ਤਿਆਰ ਕੀਤੇ ਨੇ ਕੁਛ ਪੇਸ਼ ਕਰਨਗੇ ਅਤੇ ਮੈਂ ਬੇਨਤੀ ਕਰਦਾ ਭੁਪਿੰਦਰ ਦੁੱਲੇ ਨੂੰ ਕਿ ਆਪਣੇ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਫਿਰ ਆਪਾਂ ਗੱਲਬਾਤ ਕਰਾਂਗੇ ਧੰਨਵਾਦ ਖੈਰ ਸਾਹਿਬ ਕਿਤਾਬ ਬਾਰੇ ਮੇਰੇ ਵੀ ਵਿਚਾਰ ਮੈਂ ਹਲੇ ਜਿੰਨੀ ਦੇਰ ਤੱਕ ਤੁਸੀਂ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਪੜ੍ਹਦੇ ਨਹੀਂ ਦੋ ਤਿੰਨ ਚਾਰ ਵਾਰ ਉਨੀ ਦੇਰ ਤੱਕ ਅਤੇ ਪਰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਾਰੇ ਦੋਸਤਾਂ ਨੂੰ ਇੱਥੇ ਹਾਰਟਨ ਹਿਲਸ ਦੇ ਵਿੱਚ ਇਸ ਹੈਰੀਟੇਜ ਫਾਰਮ 'ਤੇ ਬਹੁਤ ਬਹੁਤ ਜੀ ਆਇਆ ਤੋ ਪਿਛਲੇ ਦਿਨਾਂ 'ਚ ਦਵਿੰਦਰ ਹੋਰਾਂ ਦੀ ਕਿਤਾਬ ਆਈ ਅਤੇ ਸੋਚਿਆ ਵੀ ਆਪਾਂ ਕੁਛ ਰੱਖੀਏ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਫਿਰ ਕੋਵਿਡ ਕਰਕੇ ਸਾਰੀਆਂ ਸਭ ਨੂੰ ਪਤਾ ਇਸ ਗੱਲ ਦਾ ਖਹਿਰਾ ਸਾਹਿਬ ਨਾਲ ਸਲਾਹ ਹੋਈ ਫਿਰ ਸਨੀ ਨਾਲ ਪਰਮਜੀਤ ਨਾਲ ਪੁੱਛਿਆ ਤੋ ਇਹੀ ਕੋਸ਼ਿਸ਼ ਕੀਤੀ ਵੀ ਇੱਥੇ ਜਿੰਨੇ ਕੁ ਸੱਜਣ ਸਾਡੇ ਹੋਣ ਓਨੇ ਕੁ ਆਪਾਂ ਇਕੱਠੇ ਹੋਈਏ ਸੋ ਤੁਹਾਡਾ ਸਭ ਦਾ ਜੀ ਆਇਆ ਅਤੇ ਇਹਨੂੰ ਤੁਸੀਂ ਤੁਹਾਡੇ ਧੰਨ ਸਾਡੇ ਧੰਨ ਪਾ ਕੇ ਤੁਸੀਂ ਆਏ ਅਤੇ ਇਹੀ ਸ਼ਾਇਦ ਆਪਣਾ ਮੌਕਾ ਬਣਨਾ ਸੀ ਕਿ ਦਵਿੰਦਰ ਦੀ ਕਿਤਾਬ ਰਿਲੀਜ਼ ਕਰਨੀ ਸੀ ਅਤੇ ਆਪਾਂ ਇੱਥੇ ਤੋ ਦਵਿੰਦਰ ਦੀ ਕਿਤਾਬ ਪੜ੍ਹਦਿਆਂ ਮੈਂ ਪੜ੍ਹੀ ਆ ਥੋੜ੍ਹੇ ਬਹੁਤ ਥੋੜ੍ਹਾ ਸਮਾਂ ਮਿਲਿਆ ਕਿਉਂਕਿ ਚਾਰ ਦਿਨ ਹੀ ਹੋਏ ਕਿਤਾਬ ਆਈ ਨੂੰ ਤੋ ਮੈਂ ਐਵੇਂ ਦੁੱਖ ਜਿਹੜੇ ਉਹਦੇ ਬੰਦ ਲਿਖੇ ਨੇ ਉਹਦੇ ਬਾਰੇ ਉਹ ਆਪਾਂ ਆਉਣ ਵਾਲੇ ਦਿਨਾਂ 'ਚ ਕਿਸੇ ਵੱਡੇ ਲੇਖ ਦੇ ਰੂਪ ਦੇ ਵਿੱਚ ਇਹਨੂੰ ਆਪਾਂ ਸਾਂਝਾ ਕਰਾਂਗੇ ਕਿਤਾਬ ਜਿਹੜੀ ਆ ਬਹੁਤ ਖੂਬਸੂਰਤ ਛਪੀ ਆ ਇੱਕ ਜਿਹੜਾ ਸਭ ਤੋਂ ਵੱਡਾ ਇਹਨਾਂ ਨੇ ਕਦਮ ਪੁੱਟਿਆ ਉਹ ਇਹ ਹੈ ਕਿ ਕਿਤਾਬ ਨੂੰ ਕੈਨੇਡਾ ਦੇ ਵਿੱਚ ਪਬਲਿਸ਼ ਕਰਨਾ ਸ਼ੁਰੂ ਕੀਤਾ ਗਜ਼ਲ ਮੰਚ ਸਰੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿਉਂਕਿ ਉੱਥੇ ਗਜ਼ਲ ਦੇ ਕਾਫੀ ਸੱਜਣ ਰਹਿੰਦੇ ਨੇ ਭਨੋਟ ਸਾਹਿਬ ਹੈ ਜਸਵਿੰਦਰ ਹੈ ਰਾਜਵੰਤ ਰਾਜ ਹੈ ਦਵਿੰਦਰ ਗੌਤਮ ਹੈ ਹੋਰ ਵੀ ਮਿੱਤਰ ਨੇ ਉੱਥੇ ਜਿਹੜੇ ਫਿਰੋਜ਼ ਹੈ ਸੋ ਉਹ ਉਹਨਾਂ ਸਭ ਦੇ ਉਪਰਾਲੇ ਦੇ ਨਾਲ ਉਹਨਾਂ ਨੇ ਪਹਿਲਾਂ ਗਜ਼ਲ ਮੰਚ ਸਰੀ ਦੀ ਸਥਾਪਨਾ ਕੀਤੀ ਅਤੇ ਹੁਣ ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਜੇ ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ ਤਾਂ ਕੈਨੇਡਾ ਦੇ ਵਿੱਚ ਰਹਿੰਦਿਆਂ ਕੈਨੇਡੀਅਨ ਲੇਖਕਾਂ ਦੀ ਕੈਨੇਡਾ ਦੇ ਵਿੱਚ ਹੀ ਕਿਤਾਬ ਛਪੇ ਇਹਦਾ ਇੱਕ ਹੋਰ ਬਹੁਤ ਵੱਡਾ ਜਿਹੜਾ ਫਾਇਦਾ ਹੈ ਉਹ ਇਹ ਹੈ ਕਿ ਤੁਹਾਡੀ ਜਿਹੜੀ ਕਿਤਾਬ ਜਦੋਂ ਇੱਥੇ ਛਪਦੀ ਹੈ ਉਹਦਾ ISBN ਨੰਬਰ ਮਿਲ ਜਾਂਦਾ ਸੋ ਇਸ ਕਿਤਾਬ ਨੂੰ ਉਹ ਲਾਇਬ੍ਰੇਰੀ ਦੇ ਵਿੱਚ ਕੈਨੇਡਾ ਦੇ ਕੋਲ ਕੈਨੇਡਾ ਦੇ ਉਹਦੇ ਵਿੱਚ ਉਹ ਰਿਕਾਰਡ ਹੋ ਜਾਂਦਾ ਹਾਂ ਆਰਕਾਈਵ ਰੱਖ ਦਿੰਦੇ ਅਤੇ ਉਹ ਜਿਹੜੀ ਆ ਉਹ ਇੱਕ ਉਹ ਰੈਕਰਡ ਤੁਹਾਡਾ ਉੱਥੇ ਰਹਿ ਜਾਂਦਾ ਕਦੇ ਵੀ ਕੋਈ ਜਾ ਕੇ ਉੱਥੇ ਉਹਨੂੰ ਲੈਣਾ ਚਾਹੇ ਤਾਂ ਉਹਨਾਂ ਦੇ ਕੋਲ ਉਹ ਰਹਿੰਦਾ ਸੋ ਤੁਸੀਂ ਇਹ ਕਿਉਂਕਿ ਜਦੋਂ ਤੁਹਾਡੀ ਕਰਮ ਭੂਮੀ ਜਨਮ ਭੂਮੀ ਤੋਂ ਬਾਅਦ ਕਰਮ ਭੂਮੀ ਇਹ ਹੈ ਤੁਸੀਂ ਇੱਥੇ ਰਹਿੰਦੇ ਹੋ ਮੇਰੇ ਖਿਆਲ ਵੀ ਇੱਥੇ ਅਤੇ ਸਭ ਤੋਂ ਵਧੀਆ ਗੱਲ ਤਾਂ ਇਹ ਕਿ ਪਹਿਲੀ ਕਿਤਾਬ ਔਰ ਪਹਿਲੀ ਇੰਨੀ ਖੂਬਸੂਰਤ ਕਿਤਾਬ ਹੈ ਇਹਦੀ ਦਿੱਖ ਦੱਖ ਸਭ ਕੁਛ ਬਹੁਤ ਖੂਬਸੂਰਤ ਹੈ ਤੋ ਇਸ ਲਈ ਉਹ ਵਧਾਈ ਦੇ ਪਾਤਰ ਨੇ ਦਵਿੰਦਰ ਗੌਤਮ
बहुत अच्छा लेखक है, बहुत अच्छी गजल लिखता, तो उदे इस उपराले नूं असी जिहड़ा है उदी शलाघा करदे हां। अज आपां इत्थे रिलीज कीती और कनेडा दे विच पहली बार किताब रिलीज हो रही है, हले सरी च वी उन्होंने रिलीज नहीं कीती। तो मैं कुछ सत्रां उहदे बारे कहांगा कि सुपने सौण ना दिंदे नूं पढ़ना शुरू कीता तां मैनूं इह अहसास होण लग पिया कि बहुत देर बाद गजलां दी कोई ऐसी पुस्तक मिली है जिस विच अजिही खिच है जो पढ़ लई उतेजित करदी है। ज्यों ज्यों मैं इन्हां गजलां नूं पढ़दा गया मैं शेरां दी गहराई विच उतरदा गया। असीं बहुत वार किसी नवें शायर नूं नवीन शायर नूं किसी वड्डे शायर दी उहदी झलक देखदे हां, उहदे विचों किसी वड्डे शायर दे नाल मिलाउंदे कि इह फलां वर्गा लिखदा फलां शायर वर्गा, या असी उहदी तुलना करदे हां उह किसी होर शायर दे नाल, या फिर असी इह आखदे हां कि कुछ कु शायरां च समर्था हुंदी है इस तरह का लिखण दी। पर मैनूं लगदा कि दविंदर दी इह किताब पढ़दिआं मैनूं इस तरह लग्गिआ कि इह दविंदर गौतम वर्गा ही है, गौतम ही है, जो इह उहदा बिल्कुल अपना वक्खरा रंग है इस किताब दे विच। ते ਉਹ ਇਸ ਤਰ੍ਹਾਂ ਦੇ ਕਿਸੇ ਵੀ ਮਾਪਦੰਡ ਜਾਂ ਸੀਮਾ ਦੇ ਘੇਰੇ ਤੋਂ ਮੁਕਤ ਹੈ। ਗੌਤਮ ਦੀ ਗਜ਼ਲ ਦਾ ਰੰਗ ਜੋ ਹੈ ਉਹ ਬਿਲਕੁਲ ਵੱਖਰਾ ਅਤੇ ਨਵੇਕਲਾ ਹੈ, ਔਰ ਜਿਹੜੀਆਂ ਤਸ਼ਬੀਹਾਂ ਜਿਹੜੇ ਉਹਨੇ ਵਿਸ਼ੇ ਇਸ ਗਜ਼ਲ ਦੇ ਦੀਆਂ ਗਜ਼ਲਾਂ ਦੇ ਵਿੱਚ ਜਿਹੜੇ ਸ਼ੇਰਾਂ ਦੇ ਵਿੱਚ ਲਏ ਨੇ ਉਹ ਬਹੁਤ ਵੱਖਰੇ ਨੇ। ਜੋ ਤੁਸੀਂ ਪੜ੍ਹੋਗੇ ਤਾਂ ਫਿਰ ਤੁਹਾਨੂੰ ਇਹ ਮਹਿਸੂਸ ਹੋਏਗਾ ਇਹਨਾਂ ਗਜ਼ਲਾਂ ਦੇ ਵਿੱਚ ਸ਼ੋਰ ਨਹੀਂ, ਇੱਕ ਵਿਸ਼ੇਸ਼ ਕਿਸਮ ਦਾ ਸ਼ਾਂਤਪਨ ਹੈ। ਸਮੁੰਦਰ ਦੇ ਧਰੁਵ ਦੀ ਗਹਿਰਾਈ ਦੇ ਬਾਵਜੂਦ ਸਰਲਤਾ ਹੈ, ਧੁੰਦ ਵਿਚਲੀ ਅਸਪਸ਼ਟਤਾ ਨਹੀਂ ਸਗੋਂ ਪਹਿਲੀ ਤਰੇਲ ਦੇ ਤੁਪਕਿਆਂ ਵਿਚਲੀ ਸ਼ੁੱਧਤਾ ਹੈ। ਸੁਪਨੇ ਸੌਣ ਨਾ ਦਿੰਦੇ ਗਜ਼ਲ ਜਗਤ ਨੂੰ ਸਦੀਵੀ ਮਹਿਕ ਦੇਵੇਗਾ ਅਤੇ ਗੌਤਮ ਤੋਂ ਹੋਰ ਸ਼ਾਇਰੀ ਦੀ ਤਿਸ਼ਨਗੀ ਰਹੇਗੀ। ਦਵਿੰਦਰ ਗੌਤਮ ਨੂੰ ਅਸੀਂ ਜਿੱਥੇ ਵਧਾਈ ਦਿੰਦੇ ਹਾਂ ਉੱਥੇ ਅਸੀਂ ਅੱਗੇ ਚੱਲ ਕੇ ਉਹਨਾਂ ਦੀ ਜਿਹੜੀ ਸ਼ਾਇਰੀ ਦੇ ਕੁਝ ਅੰਸ਼ ਪੇਸ਼ ਵੀ ਕਰਾਂਗੇ। ਮੇਰੇ ਖਿਆਲ ਹੈ ਕੁਲਵਿੰਦਰ ਖਹਿਰਾ ਹੋਰੀ ਉਹਨਾਂ ਦੇ ਕੁਝ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਨਗੇ ਅਤੇ ਸਨੀ ਸ਼ਿਵਰਾਜ ਗਾ ਕੇ ਵੀ ਸੁਣਾਉਣਗੇ। ਸੋ ਇੱਕ ਵਾਰ ਫਿਰ ਤੁਹਾਡਾ ਸਭ ਦਾ ਇੱਥੇ ਧੰਨਵਾਦ। ਦਵਿੰਦਰ ਗੌਤਮ ਨੂੰ ਬਹੁਤ ਬਹੁਤ ਮੁਬਾਰਕ ਇਸ ਕਿਤਾਬ ਦੀ, ਅਤੇ ਗੀਤ ਗਜ਼ਲ ਅਤੇ ਸ਼ਾਇਰੀ ਅਤੇ ਪੰਜਾਬੀ ਕਲਮਾਂ ਦਾ ਕਾਫਲਾ ਇਸ ਗੱਲ ਲਈ ਵਧਾਈ ਦੇ ਪਾਤਰ ਨੇ ਕਿ ਇਸ ਕਿਤਾਬ ਨੂੰ ਦਵਿੰਦਰ ਗੌਤਮ ਦੇ ਪਹਿਲੇ ਗਜ਼ਲ ਸੰਗ੍ਰਹਿ ਨੂੰ ਅਸੀਂ ਇੱਥੇ ਰਿਲੀਜ਼ ਕੀਤਾ। ਧੰਨਵਾਦ। ਥੈਂਕ ਯੂ ਭੁਪਿੰਦਰ। ਮੈਂ ਤਾਂ ਸੋਚਿਆ ਸੀ ਭੁਪਿੰਦਰ ਕਾਫੀ ਇਹਦੇ ਗੱਲਬਾਤ ਕਰੇਗਾ, ਕਿਉਂਕਿ ਮੈਨੂੰ ਵੀ ਜਿਹੜਾ ਇਸ ਰੂਪ ਦੇ ਵਿੱਚ ਮੈਨੂੰ ਸੀ ਭੁਪਿੰਦਰ ਨੇ ਤਿਆਰੀ ਕਰ ਲੈਣੀ ਹੈ, ਨਹੀਂ ਮੈਂ ਕੋਈ ਜਿਹੜੀ ਆਪਣਾ ਕਰ ਸਕਿਆ। ਪਰ ਜਦੋਂ ਮੈਂ ਇਸਦੀ ਜਿਹੜੀ ਕਿਤਾਬ ਨੂੰ ਪੜ੍ਹਿਆ ਹੈ ਅਤੇ ਭੁਪਿੰਦਰ ਦੀ ਗੱਲ ਬਿਲਕੁਲ ਜਿਹੜੀ ਉਹ ਸੱਚੀ ਹੈ ਕਿ ਇੱਕ ਨਵੇਕਲੇ ਰੂਪ ਦੇ ਵਿੱਚ ਲਿਖਦਾ ਹੈ, ਔਰ ਜ਼ਿੰਦਗੀ ਦਾ ਕੋਈ ਵੀ ਇਹੋ ਜਿਹਾ ਵਿਸ਼ਾ ਨਹੀਂ ਜਿਹਨੂੰ ਗੌਤਮ ਨਹੀਂ ਛੂੰਦਾ। ਉਹ ਭਾਵੇਂ ਸਾਡਾ ਜਿਹੜਾ ਧੀਆਂ ਦੇ ਨਾਲ ਹੋ ਰਿਹਾ ਬਲਾਤਕਾਰ ਨੇ ਹਿੰਦੁਸਤਾਨ ਦੇ ਵਿੱਚ ਉਹਦੀ ਗੱਲ ਕਰ ਰਿਹਾ ਹੋਵੇ, ਜਾਂ ਉਹਨਾਂ ਦੇ ਜਿਹੜੇ ਗਰਭਪਾਤ ਕਰਾਉਣ ਦੀ ਗੱਲ ਹੋਵੇ, ਜਾਂ ਸਾਡੇ ਕਿਸਾਨੀ ਮਸਲੇ ਦੀ ਗੱਲ ਹੋਵੇ, ਹਾਂਜੀ, ਔਰ ਕਿਸੇ ਵੀ ਰੂਪ ਦੇ ਵਿੱਚ ਤੁਸੀਂ ਲੈ ਲਓ ਜਿਹੜੀ ਅੱਜ ਦੀ ਸਿਆਸਤ ਦੀ ਗੱਲ ਹੈ, ਅਤੇ ਉਹਦੇ ਉੱਤੇ ਕਰਾਰੀ ਚੋਣ ਕਰਦਾ ਹੈ। ਹਾਂਜੀ, ਔਰ ਜਸਵਿੰਦਰ ਜਿਹੜਾ ਨੈਕਸਲਾਈਟ ਮੂਵਮੈਂਟ ਦੇ ਨਾਲ ਜੁੜੇ ਹੋਏ ਲੇਖਕ ਨੇ ਜਸਵਿੰਦਰ, ਪੰਜਾਬੀ ਦੇ ਆਪਣੇ ਬੜੇ ਸਿਰਮੌਰ ਗਜ਼ਲਗੋ ਨੇ, ਔਰ ਹਰਦਿਆਲ ਸਾਗਰ ਵਰਗੇ ਜਿਹੜੇ ਲੇਖਕ ਨੇ, ਹਾਂਜੀ, ਉਹਨਾਂ ਲਈ ਜਿਹੜਾ ਉਹਨਾਂ ਦੇ ਮੂੰਹੋਂ ਜਿਹੜੇ ਚੰਗੇ ਸ਼ਬਦ ਨਿਕਲਣੇ, ਮੇਰਾ ਖਿਆਲ ਹੈ ਕਿ ਇੱਕ ਬਹੁਤ ਵੱਡੀ ਗੱਲ ਹੈ ਦਵਿੰਦਰ ਗੌਤਮ ਲਈ, ਕਿਉਂਕਿ ਉਸਦੀ ਸ਼ਾਇਰੀ ਉਸੇ ਹੀ ਰੰਗ ਦੀ ਹੈ ਜਿਸ ਰੰਗ ਦੀਆਂ ਉਹ ਗੱਲਾਂ ਕਰਦੇ ਨੇ। ਪਿਆਰ ਮੁਹੱਬਤ ਦੀ ਗੱਲ ਵੀ ਕਰਦਾ ਹੈ ਦਵਿੰਦਰ, ਲੇਕਿਨ ਬੜੇ ਬੜੇ ਦਬਵੇਂ ਸੁਰ ਦੇ ਵਿੱਚ। ਹਾਂਜੀ, ਉਹ ਜ਼ਿੰਦਗੀ ਦੀ ਉਹ ਜਦੋਂ ਗੱਲ ਕਰਦਾ, ਮੈਨੂੰ ਹੁਣ ਸ਼ੇਰ ਉਹਦੇ ਵਿੱਚ ਯਾਦ ਨਹੀਂ ਆ ਰਿਹਾ, ਅਤੇ ਉਹ ਕਹਿੰਦਾ ਕਿ ਮੈਂ ਤੇਰੇ ਪਿਆਰ ਦੀ ਗੱਲ ਕਰਨ ਦੇ ਵਿੱਚ ਨਾਕਾਮ ਹਾਂ, ਇਸ ਕਰਕੇ ਹਾਂ ਕਿ ਮੇਰੇ ਜਿਹੜੇ ਮਸਲੇ ਨੇ, ਹਾਂਜੀ, ਉਹ ਜ਼ਿੰਦਗੀ ਦੇ ਮੇਰੇ ਹੋਰ ਬਹੁਤ ਵੱਡੇ ਮਸਲੇ ਨੇ ਜਿਹੜੇ ਜ਼ਿੰਦਗੀ ਨਾਲ ਜੁੜੇ ਹੋਏ ਨੇ, ਉਹ ਆਪਣੀ ਅਧੂਰੀ ਜਿਹੜੀ ਮੁਹੱਬਤ ਦੀ ਗੱਲ ਵੀ ਉਹਦੇ ਵਿੱਚ ਕਰਦਾ ਹੈ, ਔਰ ਇਸੇ ਤਰ੍ਹਾਂ ਹੀ ਉਹ ਜ਼ਿੰਦਗੀ ਦੇ ਹੋਰ ਬੜੇ ਆ ਜਿਹੜੇ, ਈਵਨ ਮੈਂ ਕਹਿੰਦਾ ਕਿ ਜਿਹੜਾ ਉਸਦਾ ਤਖਲਸ ਨਹੀਂ ਹੈ ਉਸਦਾ, ਉਸਦਾ ਗੋਤ ਹੈ ਗੌਤਮ। ਹਾਂਜੀ, ਸ਼ਰਮਾ ਔਰ ਗੌਤਮ ਇੱਕੋ ਹੀ ਜਿਹੜਾ ਇਹ ਸਾਂਝੇ ਤੌਰ 'ਤੇ ਵਰਤੇ ਜਾਂਦੇ ਨੇ, ਅਤੇ ਗੌਤਮ ਹੈ
और वो अपने जिहड़ा उहदा उहदा लास्ट नेम है जिस नूं उहने वरत्या है किताब दे विच उसनों बड़े खूबसूरत जिहड़ा अंदाज दे विच तरीके दे नाल उह लै के आउंदा ते गौतम नूं दूसरे गौतम दे नाल जोड़दा उहदे विच उह बड़ा एक एक विलक्षण तरीका है उसदा। तुहानूं टुब्बदा है कि गल इस तरह ही कीती जा सकदी है। एक जिहड़ी मैनूं उहदी गल दी खूबसूरती लगी है कि जिहड़े शायर हुंदे ने ये दूसरे शायरां नूं पढ़दे ने हां जी, और कदी कदी अपनी अपने जिहड़ा जिहड़ा तुहाडी शायरी है उहदे राही तुसीं दूसरे शायर दे नाल गुफ्तगू करदे हो। ਮੈਨੂੰ ਯਾਦ ਆ ਰਿਹਾ ਕਿ ਆਪਣੇ ਡਾਕਟਰ ਚੰਦ ਹੁਣਾਂ ਦਾ ਇੱਕ ਸ਼ੇਅਰ ਸੀਗਾ, ਮੈਨੂੰ ਹੁਣ ਭੁਪਿੰਦਰ ਸ਼ਾਇਦ ਮੈਨੂੰ ਦਰੁਸਤ ਕਰ ਦੇਵੇ ਕਿਵੇਂ ਸੀ ਕਿ 21ਵੀਂ ਤੋਂ ਬਾਅਦ ਮੈਨੂੰ ਲੱਗਿਆ 30ਵੇਂ ਸਾਲ ਤੋਂ ਮਗਰੋਂ ਪਿੱਛੋਂ ਮੈਨੂੰ ਲੱਗਿਆ ਇੱਕ ਤਾਲ ਲੱਗਿਆ ਹੈ 41ਵਾਂ ਇਸ ਸਨਮਾਨ ਮਿਲਣ ਵਿੱਚ ਤੇਰੇ ਗਮ ਦਾ ਕੁਝ ਹਿੱਸਾ ਵੀ ਹੈ। ਔਰ ਇਸੇ ਹੀ ਖਿਆਲ ਨੂੰ ਅੱਗੇ ਜਾ ਕੇ ਜਿਹੜਾ ਕ੍ਰਿਸ਼ਨ ਭਨੋਟ ਨੇ ਉਹ ਲਿਖਦੇ ਨੇ ਕਿ 21ਵੇਂ ਤੋਂ ਬਾਅਦ ਮੈਨੂੰ ਲੱਗਿਆ 41ਵਾਂ 21ਵੀਂ ਤੋਂ ਬਾਅਦ ਮੈਨੂੰ ਲੱਗਿਆ 41ਵਾਂ ਅੰਕ ਆਜੂ ਦਾ 27 ਤੋਂ 72 ਹੋ ਗਿਆ ਹਾਂਜੀ। ਔਰ ਡਾਕਟਰ ਚੰਦ ਨੇ ਵੀ ਉਹ ਤਾਰੀਫ ਕੀਤੀ ਸੀ ਕਿ ਮੇਰੇ ਖਿਆਲ ਨੂੰ ਕ੍ਰਿਸ਼ਨ ਭਨੋਟ ਨੇ ਆਪਣੇ ਰੂਪ ਦੇ ਵਿੱਚ ਜਿਹੜਾ ਉਸਨੂੰ ਹੋਰ ਵੀ ਜਿਹੜਾ ਉਹ ਨਿਖਾਰਿਆ ਲੈ ਕੇ ਆਉਂਦਾ ਅਤੇ ਇਸੇ ਤਰ੍ਹਾਂ ਮੈਨੂੰ ਕਿਤੇ ਕਿਤੇ ਜਿਹੜਾ ਗੌਤਮ ਵੀ ਦੂਸਰੇ ਸ਼ਾਇਰਾਂ ਦੇ ਨਾਲ ਜਿਹੜਾ ਉਹ ਵਾਰਤਾਲਾਪ ਕਰਦਾ ਮੈਨੂੰ ਮਹਿਸੂਸ ਹੁੰਦਾ, ਕਦੀ ਉਹ ਪਾਤਰ ਨਾਲ ਵਾਰਤਾਲਾਪ ਕਰਦਾ ਉਸਦੇ ਸ਼ੇਅਰਾਂ ਦਾ ਜਵਾਬ ਦਿੰਦਾ ਹੈ। ਇੱਕ ਥਾਂ ਦੇ ਉੱਤੇ ਮੈਨੂੰ ਲੱਗਦਾ ਕਿ ਜਿਵੇਂ ਗੁਰਤੇਜ ਕੁਹਾਰਵਾਲਾ ਦਾ ਜਿਹੜਾ ਸ਼ੇਅਰ ਸੀਗਾ ਕਿ ਉਹ ਕਿਤਾਬਾਂ ਵਰਗੀਆਂ ਯਾਰਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਲਿਖਿਆ ਕਿਤੇ ਗਹਿਰਾ ਤਵਰਕਾ ਮੋੜ ਲੈਂਦਾ ਹਾਂ, ਅਤੇ ਉਹ ਮੈਨੂੰ ਹੁਣ ਸ਼ੇਅਰ ਉਹਦਾ ਪ੍ਰੋਪਰ ਯਾਦ ਨਹੀਂ, ਅਤੇ ਉਹ ਕਹਿੰਦਾ ਕਿ ਵਰਕਾ ਮੋੜ ਲੈਣਾ ਹੀ ਕਾਫੀ ਨਹੀਂ ਹੁੰਦਾ, ਉਸਦਾ ਚਿੰਤਨ ਕਰਨਾ ਵੀ ਬਹੁਤ ਜ਼ਰੂਰੀ ਹੈ, ਉਸਦੀ ਗਹਿਰਾਈ ਤੱਕ ਜਾਣਾ ਵੀ ਬਹੁਤ ਜ਼ਰੂਰੀ ਹੈ। ਜਿਹੜਾ ਕਿ ਮੈਂ ਸਮਝਾ ਕਿ ਗੁਰਤੇਜ ਦੀ ਗੱਲ ਨੂੰ ਜਿਹੜਾ ਹੋਰ ਵੀ ਗਹਿਰਾਈ ਤੱਕ ਲੈ ਕੇ ਜਾਂਦਾ ਕਿ ਵਰਕਾ ਮੋੜ ਵੀ ਪਰ ਲੇਕਿਨ ਉਸ ਲਿਖੇ ਹੋਏ ਨੂੰ ਉਹਨੂੰ ਸਮਝਣ ਦੀ ਕੋਸ਼ਿਸ਼ ਵੀ ਕਰੋ। ਇਸੇ ਤਰ੍ਹਾਂ ਹੀ ਉਹ ਜਿਹੜਾ ਸ਼ਾਇਰੀ ਦੇ ਬਾਰੇ ਜਦੋਂ ਗੱਲ ਕਰਦਾ ਹੈ ਤਾਂ ਉਹ ਇਹ ਕਹਿੰਦਾ ਕਿ ਜਿਹੜਾ ਸ਼ਾਇਰ ਹੈ ਜਿਹੜਾ ਲੇਖਕ ਹੈ ਉਸਦਾ ਕੰਮ ਸਿਰਫ ਲਿਖਣਾ ਹੀ ਨਹੀਂ, ਉਸਦਾ ਕੰਮ ਉਸਨੂੰ ਆਪਣੇ ਉੱਤੇ ਵੀ ਤੋਰਨਾ ਹੈ ਕਿ ਕੀ ਜੋ ਮੈਂ ਲਿਖ ਕੇ ਦੂਜੇ ਨੂੰ ਸਮਝਾ ਰਿਹਾ ਕੀ ਮੈਂ ਉਹਨੂੰ ਫੋਲੋ ਕਰ ਰਿਹਾ, ਜਾਂ ਕੀ ਮੇਰੇ ਵਿੱਚ ਉਹ ਗੁਣ ਹੈ ਜਿਹੜੇ ਮੈਂ ਦੂਜਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਸਵੈ ਜਿਹੜੀ ਪੜਚੋਲ ਉਹਦੇ ਵਿੱਚ ਵੀ ਉਹ ਤੁਹਾਨੂੰ ਦਿਸ ਰਹੀ ਹੈ, ਔਰ ਸਾਹਿਤ ਸੁਭਾਵਾਂ ਦੇ ਵਿੱਚ ਜੋ ਕੁਛ ਹੋ ਰਿਹਾ ਉਹਦੀ ਵੀ ਉਹ ਗੱਲ ਕਰਦਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਉਹ ਜਿਹੜੇ ਮੈਂ ਕਹਿੰਦਾ ਕਿ ਹਰੇਕ ਸਰੋਕਾਰ ਜਿਹਦੇ ਵਿੱਚ ਮੈਂ ਖੇਤੀ ਦਾ ਨਾਂ ਲੈ ਦਿੱਤਾ, ਸਿਆਸਤ ਦਾ ਨਾਂ ਲੈ ਦਿੱਤਾ, ਸਾਡੇ ਸੱਭਿਆਚਾਰਕ ਜਿਹੜੀਆਂ ਸਾਡੇ 'ਚ ਊਣਤਾਈਆਂ ਨੇ ਉਹਨਾਂ ਦਾ ਨਾਂ ਲੈ ਦਿੱਤਾ, ਸਾਹਿਤਕ ਪਿੜਾਂ ਦੇ ਵਿੱਚ ਜੋ ਊਣਤਾਈਆਂ ਨੇ ਉਹਨਾਂ ਦੀਆਂ ਉਹ ਗੱਲਾਂ ਕਰਦਾ, ਅਤੇ ਕੁੱਲ ਮਿਲਾ ਕੇ ਜਿਹੜੀ ਉਸਦੀ ਸ਼ਾਇਰੀ ਹੈ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ, ਔਰ ਜਿਹੜੀ ਆਮ ਲੋਕਾਂ ਦੀ ਭਾਸ਼ਾ ਵਿੱਚ ਲਿਖੀ ਹੋਈ ਆਮ ਲੋਕਾਂ ਦੇ ਸਮਝ ਆਉਣ ਵਾਲੀ ਸ਼ਾਇਰੀ ਹੈ। ਇਸ ਲਈ ਅਸੀਂ ਜਿਹੜਾ ਇਸ ਕਿਤਾਬ ਨੂੰ ਅੱਜ ਜਦੋਂ ਅਸੀਂ ਜੀ ਐਂ ਕਹਿ ਰਹੇ ਹਾਂ ਕਾਫਲੇ ਵੱਲੋਂ ਔਰ ਗੀਤ ਗਜ਼ਲ ਸ਼ਾਇਰੀ ਵੱਲੋਂ, ਤਾਂ ਸਾਨੂੰ ਬੜਾ ਇੱਕ ਮਾਣ ਹੋ ਰਿਹਾ ਕਿ ਅਸੀਂ ਕੈਨੇਡਾ ਦੀ ਜਿਹੜੀ ਹੈ ਇੱਕ ਜਿਹੜੀ ਸਾਡੀ ਇੱਕ ਖੂਬਸੂਰਤ ਜਿਹੜੀ ਸ਼ਾਇਰੀ ਦੀ ਕਿਤਾਬ ਹੈ ਅਸੀਂ ਉਸਨੂੰ ਜੀ ਐਂ ਕਹਿ ਰਹੇ ਹਾਂ। ਔਰ ਇਸ ਤੋਂ ਅੱਗੇ ਮੈਂ ਪਰਮਜੀਤ ਨੂੰ ਬੇਨਤੀ ਕਰਾਂਗਾ, ਪਰਮਜੀਤ ਕੁਛ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਵਰਿੰਦਰ ਗੌਤਮ ਨੂੰ ਸੁਪਨੇ ਨਾਲ ਸੌਣ ਦੀ ਦਿੰਦੇ ਦੀ ਵਧਾਈ ਦਿੰਦੀ ਹਾਂ। ਮੈਂ ਜਦੋਂ ਗੌਤਮ ਨੂੰ ਪੜ੍ਹਦੀ ਹਾਂ ਤਾਂ ਕਿਉਂਕਿ ਸਾਰੇ ਰਸਾਂ ਦੀ ਉਹ ਗੱਲ ਕਰਦਾ, ਉਹ ਇਕੱਲੇ ਪਿਆਰ ਦੀ ਗੱਲ ਨਹੀਂ ਕਰਦਾ, ਉਹ ਸਾਰੇ ਸੰਸਾਰ ਦੀ ਗੱਲ ਕਰਦਾ ਹੈ, ਤਾਂ ਉਹਦੇ ਮੈਂ ਕੁਛ ਸ਼ੇਅਰ ਕੋਟ ਕਰਨਾ ਚਾਹੂੰਗੀ। ਦਿਲਾਂ ਵਿੱਚ ਭਰ ਗਈ ਨਫ਼ਰਤ, ਉਹ ਸੁੱਚਾ ਪਿਆਰ ਹੈ ਕਿੱਥੇ, ਜੋ ਕਰਦੇ ਸੀ ਅਸੀਂ ਅਕਸਰ ਭਲਾ ਇਤਬਾਰ ਹੈ ਕਿੱਥੇ। ਨਸ਼ੇ ਵਿੱਚੋਂ ਭਰੋ ਨਫ਼ਰਤ, ਲੜਾਓ ਅਤੇ ਕਰੋ ਮਨ ਦੀ, ਨਸ਼ੇ ਵਿੱਚੋਂ ਭਰੋ ਨਫ਼ਰਤ, ਲੜਾਓ ਅਤੇ ਕਰੋ ਮਨ ਦੀ, ਜੋ ਰੱਖੇ ਪੱਤ ਲੋਕਾਂ ਦੀ, ਚੁਣੀ ਸਰਕਾਰ ਹੈ। ਫਿਰ ਗੱਲ ਕਰਦਾ ਉਧੇੜੀ ਕੰਧ ਖਾਬਾਂ ਦੀ, ਜੋ ਮੇਥੋਂ ਚੋਰੀਓਂ ਉਸਨੇ, ਕਰੋ ਜਾ ਕੇ ਪਤਾ ਰੀਝੋ, ਬਣੀ ਦੀਵਾਰ ਹੈ। ਬਚਾਓ ਆਪ ਹੀ ਕਲੀਆਂ, ਇਹ ਮੌਸਮ ਹੋ ਗਿਆ ਹਫਸੀ, ਗਵਾਚੀ ਆਬਰੂ ਪੁੱਛੇ ਕਿ ਪਹਿਰੇਦਾਰ ਹੈ। ਫਿਰ ਦੇਖੋ ਚਿੰਤਾ ਤੇ ਚਿੰਤਨ ਵੀ ਕਰਦਾ ਹੈ, ਕਹਿੰਦਾ ਉਹਨਾਂ ਦੀ ਜੀ ਹਜ਼ੂਰੀ ਤੇ ਹੀ ਐਵੇਂ ਰੀਝ ਨਾ ਗੌਤਮ, ਜਰਾ ਤੂੰ ਦੇਖ ਨੈਣਾ ਵਿੱਚ ਤੇਰਾ ਸਤਿਕਾਰ ਹੈ ਕਿੱਥੇ। ਜਿਵੇਂ ਮੈਂ ਕਿਹਾ ਵੀ ਉਹ ਚਿੰਤਾ ਤੇ ਚਿੰਤਨ ਦਾ ਵੀ ਸ਼ਾਇਰ ਹੈ, ਤੇ ਉਹ ਲੱਭਦਾ ਆ ਜਿੱਥੇ ਅਸੀਂ ਗਵਾਚੇ ਫਿਰਦੇ ਹਾਂ, ਭਟਕਣਾ ਇੱਕ ਅਸੀਂ ਤੋੜੀ ਭੱਜੇ ਫਿਰਦੇ ਹਾਂ,
एक प्यार की गल करता, एक सुचे प्यार की गल करता है, जिहदे विच असीं भी किते ना किते भटके हुए हैं ना। फिर उन्हें शब्द भी बड़े ठेठ भरते हैं, मैनूं बड़े तिरे किसी चीज़ का तिरना जो गल करता। जो तोड़े दिल कोई तां भी ये अक्सर निभ ही जाते हैं, जो तोड़े दिल कोई तां भी ये अक्सर निभ ही जाते हैं, नहीं बचता कोई रिश्ता तेरे इतवार को अगे। फिर अज के माहौल की जो गल करता कहता है, जाल बिछा के ये फाह लेंदी। जिस कुदरत दे अगे असी भी हुण गोडे जिहड़े टेक दित्ते आ, जाल बिछा के ये फाह लेंदी, रीझां सिखरों ला लेंदी, अपनी आई ते जद आवे कुदरत कद फिर टलदी। क्योंकि जिस तो आपां भी जाणू आ भी कुदरत ने फिर अपना जिहड़ा दिखाई दिता। ते मैं ना शेरां दे नाल ही अपनी जिहड़ी गल मुकाउणा चाहूंगी। ते एक वारी फिर दविंदर गौतम नूं बहुत बहुत बधाई सुपने सौण आ। मैं हुण जरनैल भाजी नूं, जरनैल सिंह कहानीकार साडे जिहड़े बानी ने काफले ते, मैं उन्हां नूं बेनती करना विचार साडे नाल सांझे करन। जरनैल सिंह कहानीकार, दोस्तो अजोका दौर जो COVID-19 का चल रहा है, चिंता वाला है और फिक्रमंदी वाला है। और काफले की तकरीबन असि हरेक महीने मीटिंग करते होंगे सी, और इस करके मीटिंग नहीं हो रही। मैं एप्रीशिएट करदा कुलविंदर खहरा नूं, भुपिंदर दुले नूं, कि इन्होंने किताब रिलीज़ करने वास्ते छोटा जिहा प्रोग्राम वधिया ढंग नाल आयोजित किया। मैं किताब पढ़ी नहीं, भुपिंदर होरां ने कहा कि गौतम सिर्फ गौतम है। कहण दा भाव यह है कि गौतम किसी होर वर्गा नहीं है, जां किसी कोई शायरी दी गज़ल दी लहर चलदी उहनां वर्गा नहीं है। ये अपने आप च विलक्षण है, अपने आप च वखरा है। और साहित विच यही वड्डी गल हुंदी है कि तुहानू अपनी वक्खरी पछाण बनाउणी पऊगी, तां तुहाडी गल बननी है। तुहानू नवेकला अपनापन दिखाउणा पएगा। और मैं कहिंदा वी पहली उहदी किताब है गौतम दी, और इहदे विच मैं कुछ शेयर इधर उधर देख रहा सीगा कि कच्ची पिल्ली शायरी नहीं है, परिपक्ता है, चिंतन है, इहदे विच गल सोचण वाली है, समझण वाली है। और जिवें कुलविंदर ने कहा सी भई ये प्यार मुहब्बत दीआं गल्लां नहीं सिर्फ, इहदे विच समाजिक मसले भी हैगे ने। तां मैं यानी किताब पढ़ी हुंदी तां होर भी गल्लां कर लैंदा, पर इह मैं कहिंदा पहली गल तां इह आ भई गौतम दी पहली पलेठी पुस्तक इन्नी वधिया, और दूजी गल कि वह किताब इत्थे रिलीज़ हो रही है और किताब इत्थों छपी है जिवें इन्हां ने दस्सिया। और फिर साथी भी अपने टाइम कढ के हम आके आए आ, तो मैं गौतम जी नूं हार्दिक वधाई दिंदा, कुलविंदर जी नूं, भुपिंदर नूं, परमजीत देओल नूं, सारयां नूं वधाई दिंदा इन्होंने ऑर्गेनाइज किया। और मैं तुहाडे सारयां वास्ते बल्कि समूह जगत वास्ते ये शुभकामना करदा कि यह जो मतलब जो करोना का दौर है, तो जी चिंता वाली गल है, फिक्र वाली गल है कि मैं यदा छेती तो छेती कोई वैक्सीन निकल आए तो कि असी सारे पहला वागे, क्योंकि सारी जिंदगी सारा जीवन सारा माहौल उथल पुथल होया पिया करोना ने किया। तो आस करदा और तुहाडे सारयां वास्ते शुभकामना भेंट करदा, तुहानू सारयां नूं एक वारी बधाई। थैंक यू भाजी। जिवें परमजीत ने कुछ शेयर जिहड़े तुहाडे नाल शेयर करके अपने सांझे करके गौतम दी जिहड़ी शायरी है उसका नमूना दिखाया, तो मैं उसकी एक गज़ल
चुपड़े सादा शब्दों के उस लिखी हुई है, लेकिन मैंने बड़ा टुंबिया उसने प्याल लेके पहली बार पढ़िया। कई बार तुम चीज़ जी है वो दोबारा दोबारा पढ़नी पैंती, लेकिन पहली बार जी चीज़ टुंबी है तुम कई बार मैं तेरे ना साझी करनी चाहता पूरी मुकम्मल गजल के नफरत मेरे चारे पासे किंजना मैं घुमड़ाव नफरत मेरे चारे पासे किंजना मैं घुमड़ाव प्यार दी मैनू दे जा धूनी मैं फिर तो खिड़ जाव नफरत मेरे चारे पासे किंजना मैं घुमड़ाव प्यार दी मैनू दे जा धूनी मैं फिर तो खिड़ जाव दुनिया ढूंढे औगण मेरे मैं लभा खुशबोई दुनिया ढूंढे औगण मेरे मैं लभा खुशबोई ओ खारा ते अड़ बैठी मैं गुण फुल्लां दे गावा दुनिया ढूंढे औगण मेरे मैं लभा खुशबोई ओ खारा ते अड़ बैठी मैं गुण फुल्लां दे गावा तन तो अगे मन दी दुनिया तन तो अगे मन दी दुनिया अगे नूर रूहानी उस तो अगे इश्क हकीकी अगे एक परछावां उस तो अगे इश्क हकीकी अगे एक परछावां काम तो अगे कालक है जो तन मन देशा जावे काम तो अगे कालक है जो तन मन देशा जावे इस तो अगे गुम हो जावन जीवन दियां सब रावां तो आखिरी शेर है कि मौजां दी इस बस्ती विच जद रूह आई दुखियारी मौजां दी इस बस्ती विच जद रूह आई दुखियारी देख के पब्बत गलियां दी ओ भुल बैठी सरनावा नफरत मेरे चारे पासे किंजना मैं घुमड़ावा। और जिहड़ा बहुत सारियां जिहड़ियां उस शेर ने उस दियां जिहड़ियां गज़लां ने और इस रंग दे विच जिहड़ियां ने मैं तुहाडे लई नमूना पेश कीता ते मैं चीता साहब नूं बेनती करांगा प्लीज़ अपने साडे विचार साडे नाल सांझे कर हरदयाल सिंह जी चीता सारे दोस्तों मित्रों बहुत प्यार भरी सत श्री अकाल क्योंकि बहुत दिनों बाद सबब मिलिया इकट्ठे होने का तो इस सबब की वजह एक गौतम होना की जो पहली किताब है वो बनया तो होर भी अपन एक खुशी की गल है तो उस तो खुशी की गल जिदा दुल्हे साहब ने दसिया कि ये इस जगह पर ही आप किताब जी रिलीज़ कर रहे हैं इस गल दियां भी सारे भुपिंदर साहब नूं भी सारे परिवार को या सारे मैंबरों को बहुत बहुत वधाइया तो पंजाबी कलमां का काफिला तो गीत गजल तो शायरी नूं भी बहुत बहुत वधाइया इस गल दियां। जदों इहदा टाइटल मैं देखिया फेसबुक पर जदों पाया सी भुपिंदर होणा ने तो उदों ही एक मतलब चाहत एक जग्यासा आ गई भी देखते हैं भी इहदे विच की होगा तो जिदा थोड़े बहुत नमूने पेश किए आ लगता कि वह जो बुद्धिजीवी ज लेखक आप जिन्हों गलों चिंत चिंता तौर है भी वह गल् किस ढंग साढ़े सामने रख रहे हैं एक जदों आप किताब पढ़ा तो सूँ पता लगेगा उन्होंने वनगी का एक बार फिर सारियां साडे सारे वालों तो गौतम होना बहुत बहुत मुबारक है। थैंक यू जीता साहब और दो शेर मैं साझे करने चाहवागा कि जी भुपिंदर ने गल की मिट्टी मिट्टी नाल जुड़े होने की तो मैं अपने हाल ते रोवा मैं अपने हाल ते रोवा जिमें पंजाब रोंदा है मैं अपने हाल ते रोवा जिमें पंजाब रोंदा है कि दरिया पंज वगदे ने तो सुक्कियां वे फिर भी नहरां ने मैं अपने हाल ते रोवां जिवें पंजाब रोंदा है कि दरिया पंज वगदे ने ते सुक्कियां फिर भी नहरां ने तो उहदा आखरी शेर इसे गजल दा है कि सकीरी ना शरीका ना ते ना ही गल सांझां दी सकीरी ना शरीका ना ते ना ही असीं बड़ी खुशी दे नाल दविंदर गौतम जी दी किताब सुपने सौण लगन दे रिलीज़ करन जा रहे हैं। पिछले काफ़ी समय तो कोविड 19 का जो टाइम चल रहा बड़ी एक हर परसन एक मजबूरी दे विच टाइम पास कर रहा सी काफ़ी बेवसी हर एक जो लेखक जो साहित्यक साढ़े दोस्त आ उन्होंने उपर छाई हुई सी तो
ਬੜੇ ਚਿਰਾਂ ਬਾਅਦ ਇੱਕ ਬੜਾ ਵਧੀਆ ਉੱਦਮ ਮੈਂ ਕਹਾਂਗਾ ਭੁਪਿੰਦਰ ਹੋਣਾ ਨੇ ਬਹੁਤ ਹੀ ਵਧੀਆ ਕੀਤਾ ਕਿ ਇੱਕ ਤਾਂ ਜੋ ਇਹ ਕੁਦਰਤ ਦੀ ਗੋਦ ਦੇ ਵਿੱਚ ਤਾਂ ਮੈਂ ਤਾਂ ਕਹਾਂਗਾ ਕਿ ਅੰਦਰ ਪਹਿਲਾਂ ਨਾਲੋਂ ਵੀ ਵਧੀਆ ਇਹ ਇੱਕ ਉਪਰਾਲਾ ਹੋ ਸਕਦਾ ਕਿ ਅਸੀਂ ਅੱਗੇ ਜਾ ਕੇ ਗਰਮੀਆਂ ਦੇ ਵਿੱਚ ਕੋਵਿਡ ਦੇ ਟਾਈਮ ਤੋਂ ਬਾਅਦ ਇਸ ਤਰ੍ਹਾਂ ਦੇ ਸਮਾਗਮ ਵਧੀਆ ਤਰੀਕੇ ਨਾਲ ਇੱਥੇ ਹੋ ਸਕਦੇ ਮੈਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਜਗ੍ਹਾ ਹੈ ਅਤੇ ਬਾਕੀ ਜੋ ਦਵਿੰਦਰ ਨੇ ਇਹ ਕਿਤਾਬ ਦੇ ਵਿੱਚ ਵਧੀਆ ਸ਼ਾਇਰੀ ਲਿਖੀ ਹੈ ਹਾਲੇ ਤਾਂ ਪੜ੍ਹ ਕੇ ਪਤਾ ਲੱਗਣਾ ਕਿ ਪਰ ਟਾਈਮ ਲੱਗਦਾ ਪਰ ਜਿੰਨੀਆਂ ਕੁ ਮੈਂ ਇੱਕ ਦੋ ਪੜ੍ਹੀਆਂ ਗਜ਼ਲਾਂ ਮੈਨੂੰ ਬਹੁਤ ਵਧੀਆ ਲੱਗੀ ਹਰ ਤਰ੍ਹਾਂ ਦੇ ਰੰਗ ਦੇ ਵਿੱਚ ਉਹਨੇ ਲਿਖਿਆ ਅਤੇ ਜਿੱਦਾਂ ਇੱਕ ਪੋਜ਼ੀਟਿਵ ਸੋਚ ਵੀ ਉਹਦੀ ਰਚਨਾਵਾਂ ਦੇ ਵਿੱਚੋਂ ਸਾਹਮਣੇ ਆਉਂਦੀ ਹੈ ਜਿੱਦਾਂ ਇੱਕ ਸ਼ੇਰ ਮੈਂ ਪੜ੍ਹ ਰਿਹਾ ਸੀ ਇਹ ਮੌਸਮ ਫੇਰ ਬਦਲੇਗਾ ਨਾ ਭੇੜੋ ਆਸ ਦੇ ਬੂਹੇ ਹਮੇਸ਼ਾ ਰੱਖਿਓ ਖੁੱਲ੍ਹੇ ਤੁਸੀਂ ਵਿਸ਼ਵਾਸ ਦੇ ਬੂਹੇ ਦਿਲਾਂ 'ਚੋਂ ਬੇਯਕੀਨੀ ਦਾ ਇਹ ਝੱਖੜ ਲੰਘ ਹੀ ਜਾਓ ਫੜੀ ਰੱਖਿਓ ਤੁਸੀਂ ਕੁੱਟ ਕੇ ਜ਼ਰਾ ਧਰਵਾਸ ਦੇ ਬੂਹੇ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਗਜ਼ਲਾਂ 'ਚੋਂ ਪੜ੍ਹੀਆਂ ਹੀ ਉਹਨੇ ਸੂਖਮ ਅੰਦਾਜ਼ ਦੇ ਵਿੱਚ ਵੀ ਲਿਖੀਆਂ ਸੋ ਅਸੀਂ ਦਵਿੰਦਰ ਜੀ ਨੂੰ ਆਪਣੇ ਸਾਰੇ ਸਾਹਿਤਕ ਦੋਸਤਾਂ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਬਲਰਾਜ ਜੀ ਬਲਰਾਜ ਧਾਲੀਵਾਲ ਜੀ ਬੜੇ ਵਧੀਆ ਵਿਚਾਰ ਪੇਸ਼ ਕਰਕੇ ਗਏ ਨੇ ਔਰ ਮੈਂ ਬੇਨਤੀ ਕਰਾਂਗਾ ਮਨਮੋਹਨ ਭਾਅ ਜੀ ਡਾਕਟਰ ਸਾਹਿਬ ਸਵਾਗਤ ਕਰਦੇ ਹਾਂ ਇਹਦਾ ਇਹਨਾਂ ਦੀ ਕਿਤਾਬ ਦਾ ਬਹੁਤ ਅੱਛਾ ਲੱਗਿਆ ਠੀਕ ਥੈਂਕ ਯੂ ਔਰ ਬੜੇ ਅਸੀਂ ਭਾਸ਼ਣ ਦੇ ਸ਼ੁਕਰਗੁਜ਼ਾਰ ਹਾਂ ਕਿ ਆਪਣੀਆਂ ਥੋੜ੍ਹੀਆਂ ਸਿਹਤ ਦੀਆਂ ਜੋ ਮੁਸ਼ਕਲਾਂ ਆ ਰਹੀਆਂ ਨੇ ਉਸਦੇ ਬਾਵਜੂਦ ਸਾਡਾ ਪੂਰਾ ਸਾਥ ਦੇ ਰਹੇ ਨੇ ਕੋਆਰਡੀਨੇਸ਼ਨ ਦੇ ਵਿੱਚ ਵੀ ਜਿਹੜਾ ਕਾਫਲੇ ਸੰਚਾਲਨ ਦੇ ਵਿੱਚ ਵੀ ਔਰ ਸਾਡਾ ਵੈਸੇ ਵੀ ਜਿਹੜਾ ਭਾਈਚਾਰਕ ਤੌਰ 'ਤੇ ਵੀ ਸਾਥ ਦੇ ਰਹੇ ਨੇ ਔਰ ਸਾਡੀ ਇਹ ਤਮੰਨਾ ਹੈ ਕਿ ਬੜੀ ਛੇਤੀ ਇਹ ਆਪਣਾ ਪੂਰਾ ਤੰਦਰੁਸਤ ਹੋ ਕੇ ਸਾਡੇ ਵਿੱਚ ਜਿਹੜਾ ਪੂਰੀ ਤਰ੍ਹਾਂ ਵਿਚਰਨ ਔਰ ਕਿਉਂਕਿ ਆਪਾਂ ਇਹ ਪ੍ਰੋਗਰਾਮ ਜਿਹੜਾ ਕਾਫੀ ਛੋਟਾ ਰੱਖਣਾ ਸੰਖੇਪ ਰੱਖਣਾ ਅਤੇ ਮੈਂ ਬੇਨਤੀ ਕਰਾਂਗਾ ਸ਼ਿਵਰਾਜ ਸਿੰਘ ਨੂੰ ਕਿ ਹਾਂਜੀ ਠੀਕ ਹੈ ਥੈਂਕ ਯੂ ਸਾਰਿਆਂ ਦਾ ਇੱਥੇ ਆਉਣ ਦਾ ਜਿੰਨੀ ਗੌਤਮ ਹੋਰਾਂ ਦੀ ਕਿਤਾਬ ਰਿਲੀਜ਼ ਕਰਨ ਲੱਗੇ ਖੁਸ਼ੀ ਹੋ ਰਹੀ ਹੈ ਔਰ ਉਹਨੂੰ ਵੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਗੁਰਾਕੀ ਸਾਹਿਬ ਜੀ ਅੱਜ ਸਾਡੇ ਵਿੱਚ ਬੈਠਣੇ ਇੰਨੇ ਸਾਲਾਂ ਬਾਅਦ ਆਪਾਂ ਸਾਲ ਤਾਂ ਮੈਨੂੰ ਲੱਗਦਾ ਹੋ ਹੀ ਗਿਆ ਹੋਣਾ ਜੀ ਕਿ ਇਹਨਾਂ ਨੂੰ ਇਹਨਾਂ ਨੇ ਦਰਸ਼ਨ ਕੀਤਿਆਂ ਨੂੰ ਬਹੁਤ ਚੰਗਾ ਲੱਗਿਆ ਜ਼ੋਰਦਾਰ ਤਾੜੀਆਂ ਗੁਰਾਕੀ ਸਾਹਿਬ ਉਹਨਾਂ ਵਾਸਤੇ ਇੰਨੀ ਸਿਹਤ ਇਹਨਾਂ ਦੀ ਤੰਦਰੁਸਤ ਹੋਈ ਆ ਬੜਾ ਚੰਗਾ ਲੱਗਿਆ ਜੀ ਅਤੇ ਬਾਕੀ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਇੱਕ ਸਾਈ ਅੰਤਰਾਈ ਮੈਂ ਉਹਨਾਂ ਦੀ ਗਜ਼ਲ ਦਾ ਸ਼ੇਅਰ ਕਰਦਾ ਤੁਹਾਡੇ ਨਾਲ ਕਿ ਇਸ ਵਾਰ ਵਿਛੜ ਕੇ ਖਾਬਾਂ ਚੋਂ ਉਹ ਨਾ ਮਿਲਦਾ ਤੇ ਚੰਗਾ ਸੀ ਇਸ ਵਾਰ ਵਿਛੜ ਕੇ ਖਾਬਾਂ ਚੋਂ ਉਹ ਨਾ ਮਿਲਦਾ ਤੇ ਚੰਗਾ ਸੀ ਰਹਿ ਜਾਂਦਾ ਪਰਦਾ ਖੁਸ਼ਬੂ ਦਾ ਰਹਿ ਜਾਂਦਾ ਪਰਦਾ ਖੁਸ਼ਬੂ ਦਾ ਫੁੱਲ ਨਾ ਖਿੜਦਾ ਤੇ ਚੰਗਾ ਸੀ ਫੁੱਲ ਨਾ ਖਿੜਦਾ ਤੇ ਚੰਗਾ ਸੀ ਕੁਝ ਰੰਗ ਬਦਲਿਆ ਮੌਸਮ ਨੇ ਕੁਝ ਰੰਗ ਬਦਲਿਆ ਮੌਸਮ ਨੇ ਕੁਝ ਫੁੱਲ ਦੀ ਸੀਰਤ ਬਦਲੀ ਹੈ
बदली है ए पौर वफा दे साहाचो ए पौर वफा दे साहाचो दमना पर्दा ते चंगा सी दमना पर्दा ते चंगा सी चंगा सी दंदन जी जो तुम्हें वीडियो रखा के मेरी हाजरी कबूल कर थैंक यू सो मच जी सारे चलो कुछ शेर जिमें मैं बहुत चंगे लगते भुपिंदर ने एक ना गजल लिखी भुपिंदर की आपका भी कहना कि मैं ये पहली बार यह गजल लिखी है इदा जो पंजाब के हालात ने उसका कि एक ऐसा राजा राजतंत्र एक ऐसा राजा राजतंत्र लफ्ज भी कैद थे लफ्ज भी कैद थे कलम अंदर लफ्ज भी कैद थे कलम अंदर बिरख से में होए बाकी बचे जो बिरख से में होए बाकी बचे जो चुफेरे लेश्क दे चुफेरे लेश्क दे हथां च खंजर हथां च खंजर बंदा मैनू याद भी करा दी मैनू बहुत प्यारा लगता जो अजकल किसानां दे चल रहा तेरी इस खुदकुशी अन्नदाते आवे तेरी इस खुदकुशी अन्नदाते आवे डबोया होर डूंगे कर्ज अंदर डबोया होर डूंगे कर्ज अंदर थैंक यू जी थैंक यू सर मैं जिमें जिक्र किया कि गौतम जो अपना उसका तखलस कह लो जो जरा गोत है उसको किमें शब्दों के ढालता तो गौतम नाल मिला उस दिन दो तीन नमूने तेजे साझे करना चाहना उस दिन सुकून मिलया उस दिन सुकून मिलया मुक्ति भी आ मिली उस दिन सुकून मिलया मुक्ति भी आ मिली जद पा लिया मैं गौतम खुद न उतार के दर्शन इहो मेरी उदासी है ए मेरा बोध ते दर्शन नवे जुगदा मैं गौतम हां नवे जुगदा मैं गौतम हां के पत्नी संग आया हां इहो मेरी उदासी है ते मेरा बोध ते दर्शन नवे जुगदा मैं गौतम हाँ के पत्नी संग आया हाँ तो आखिरी शेर इसका है कि मुड़े सारे पता पुछ के ते कह दिता नहीं मिलया मुड़े सारे पता पुछ के ते कह दिता नहीं मिलया ये गौतम मिल ही जाना सी कि अंदर देखता आंदे वाह मिल ही जाना सी कि अंदर देखता आंदे
तो अज का जोड़ा सरकारी जोड़ा एक संकट भरे माहौल के असं जो थोड़ा जहा जिंदगी की ताजगी की गल करने की कोशिश की इस सदे का तुम आए हो असी काफिले वालों और जिते अपना गीत गदल शायरी वालों धन्यवाद करते हैं उत्थे मैं बेनती करेगा मोहनजीत जी के इन्हों के जी इस जगह देते असं आए हैं और ये भी जरा क्योंकि शायरी नाल काफ़ी जुड़े हुए ने साढ़े बड़े नज़दीकी रिश्तेदार ने साढ़े हाँ जी मैं बेनती करेंगे आके सब का धन्यवाद कर अपने वालों जो शब्द साढ़े नाल सांझे कर मोहनजीत जी सारे सत श्रीकाल जी तो थोड़े इतने आने का बहुत ज़्यादा धन्यवाद और शमशेर तो सुरजीत की अज कट सुन दी है भी शमशेर का जोड़ा यह उपराला भी असी भी ये फार्म लैना हैगा तो एक सोच सी पर असी बाद मैनू ये बड़ा कुछ लभ्या भी जो मैं घर देखता है मैनू अज की जी प्रॉब्लम लगती हैगी साढ़े बच्चे है जी घर बैठे है सवेरे उठ खड़ते वो शाम तक टीवी देखते हैं सारा कुछ करते हैं वह तो उन्होंने जी सोच किस तरह डिवेलप हो रही है तो हूँ मैं इतने आके लगता भी जिमें वीर जी ने कहा है मिट्टी नाल जुड़े हुए हैं असं तो शमशेर ने यह सोचा भी एक फार्म हो उत्थे अपने बच्चे जान उत्थे खेडन उन्होंने पता लगे भी खुला माहौल की हुंदा तो मिट्टी च किवें खेडीदा गा तो मिट्टी नूं असीं डस्ट नहीं कह सकते वो एक साडे नाल असीं भी मिट्टी दे बने हुए हैं तो वो हुण पूरा होया जी भी बच्चे इत्थे आउंदे आ खेडदे आ जदों भी थोड़ा कोई प्रोग्राम हुंदा गा इकट्ठे हुंदे आगे सारे दे इकट्ठे बैठदे आ तो अज मैनूं इत्थे आउण दा बहुत चंगा लग्गिया जी थोड़े नाल साथ थोड़े तो सीखण दा इन्हां दी बुक आ ये सुपने सौण ना दिंदे अज मेरे हत्थ च आ मैं उहनूं पढ़ूंगा जाके तो कुछ इन्हां तों सीखूंगा जी थोड़े तों भी सीख्या अज बहुत ज़्यादा तो इन्ना कहना हुआ बहुत ज़्यादा धन्यवाद थोड़े आने का तो सारे खुली खुला सद्दा है जी इत्थे आओ जो भी थोड़ा जी करता है पिछे खेत पे है तो जिमें आप उ पिंड खेत जाते भी आप चल तुर फिर आइए बाहर जो भी जी करे भी हाँ खेत जाना गा तो तुम मोस्ट वेलकम है जी इत्थे आओ थैंक यू वैसे धनवादी शब्दों तो बाद बोलने की गुंजाइश नहीं होंगी पर मैं थोड़ी जी मोहनजीत की थोड़ी जी होर जी जानकारी करवानी चाहना कि ये मैं साहित्य नाल तो पता नहीं किन्ना पर तुम अपने आप पता लग जाना कि जिते शमशेर होना की सिस्टर इन्हों के घर है साढ़े पहनोई लगते हैं हाँ जी और उत्थे ये संगीत नाल बड़े गहरे जुड़े हुए ने कई सालों तो यह संगीत सीख रहे हैं क्लासीकल संगीत जिहड़ा जिहड़ा तानपुरा वगैरह जिहड़े जिहड़े मैनूं ना नहीं आते साज़ां दे बहुते सारे माफ करना हाँ जी और बड़ी गहराई दे नाल जिहड़ा उसनूं शिद्दत दे नाल उसनूं सीख रहे हैं जिहड़ा कि बड़ी चंगी जिहड़ी एक गल है कि जिहड़ा मैं समझदा कि जिहड़ा संगीत है वो साहित्य तो भी बहुत अगे की चीज़ है जिहड़ा साहित्य नूं पैदा करता है ये उस चीज़ के नाल जुड़े हुए हैं इस करके मैनूं लगता कि साहित्य नाल साडे तों वध जुड़े ने तो मैं एक इन्हें जानकारी पाना चाहता सी और सारयां दा बहुत बहुत धन्यवाद असी काफले वालों और गीत गजल शायरी वालों फिर सारयां दा धन्यवाद करते हैं कि इस जिहड़ा माहौल दे विच भी तुसीं जिहड़ा साडे सद्दे नूं प्रवान कीता है ते अज इस किताब नूं जी आया कहण लई पहुंचे हो इस किताब बारे जिहड़े विचार ने आपां सारे जणे खुल के फिर किते जरूर पेश करांगे इन्हां नूं धन्यवाद बहुत बहुत